ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਵਨੀਤ ਕਿਚਨ। ਅੱਜ ਅਸੀਂ ਬਣਾਵਾਂਗੇ ਜੀ ਆਲੂ ਵਾਲੇ ਪਰੌਂਠੇ। ਅਤੇ ਵੈਸੇ ਤਾਂ ਸਾਰਿਆਂ ਨੂੰ ਆਉਂਦੇ ਹੀ ਹੁੰਦੇ ਆਲੂ ਵਾਲੇ ਪਰੌਂਠੇ, ਖਾਸ ਕਰਕੇ ਪੰਜਾਬੀਆਂ ਨੂੰ, ਪਰ ਫਿਰ ਵੀ ਅਸੀਂ ਜਿਹੜਾ ਅੱਜ ਪੰਜਾਬੀ ਸਟਾਈਲ ਆਲੂ ਵਾਲਾ ਪਰੌਂਠਾ ਬਣਾਵਾਂਗੇ। ਇਹਦੇ ਲਈ ਅਸੀਂ ਇਹ ਆਲੂ ਲੈ ਲਏ ਆ, ਆਲੂ ਅਸੀਂ ਬੋਇਲ ਕਰ ਲਏ ਆ, ਹੁਣ ਅਸੀਂ ਇਹਨਾਂ ਨੂੰ ਮੈਸ਼ ਕਰ ਲਾਂਗੇ। ਇੱਧਰ ਅਸੀਂ ਜਿਹੜੇ ਆ ਦੋ ਤਿੰਨ ਵੱਡੇ ਪਿਆਜ਼ ਕੱਟ ਲਏ ਆ, ਅਤੇ ਨਾਲ ਅਸੀਂ ਇਹ ਪੁਦੀਨਾ ਲੈ ਲਿਆ ਆ, ਅਤੇ ਪੁਦੀਨੇ ਨੂੰ ਵੀ ਅਸੀਂ ਕੱਟ ਕੇ ਪਾ ਲਾਂਗੇ। ਹੁਣ ਅਸੀਂ ਆਲੂ ਮੈਸ਼ ਕਰ ਲੈਂਦੇ ਹਾਂ। ਲਓ ਜੀ, ਆਲੂ ਸਾਰੇ ਅਸੀਂ ਮੈਸ਼ ਕਰ ਲਏ ਚੰਗੀ ਤਰ੍ਹਾਂ। ਹੁਣ ਅਸੀਂ ਇਹਦੇ 'ਚ ਪਾ ਲਾਂਗੇ ਪਿਆਜ਼, ਹੁਣ ਪਾਵਾਂਗੇ ਪੁਦੀਨਾ ਕੱਟ ਕੇ, ਪੁਦੀਨੇ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਮਸਾਲੇ ਜਿਹੜੇ ਉਹ ਮਿਕਸ ਕਰਾਂਗੇ। ਹਰੀ ਮਿਰਚ ਪਾਵਾਂਗੇ, ਇਹ ਅਸੀਂ ਮਿਰਚਾਂ ਕੱਟ ਲਈਆਂ ਬੱਚਿਆਂ ਦਾ ਅਲੱਗ ਕੱਢ ਕੇ, ਅਤੇ ਫਿਰ ਅਸੀਂ ਵਿੱਚ ਜਿਹੜੀਆਂ ਹਰੀਆਂ ਮਿਰਚਾਂ ਪਾਵਾਂਗੇ। ਪਿਆਜ਼, ਆਲੂ ਅਤੇ ਪੁਦੀਨਾ ਜਿਹੜਾ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਪਹਿਲਾਂ। ਲਓ ਜੀ, ਹੁਣ ਅਸੀਂ ਇਹਦੇ ਵਿੱਚ ਪਾਉਂਦੇ ਹਾਂ ਮਸਾਲੇ। ਜੀਰਾ, ਅਜਵਾਇਣ, ਕਾਲੀ ਮਿਰਚ, ਨਮਕ ਸਵਾਦ ਅਨੁਸਾਰ, ਜਿੰਨਾ ਕੁ ਤੁਸੀਂ ਲਾਈਕ ਕਰਦੇ, ਜੇ ਘੱਟ ਵੱਧ, ਜੇ ਜ਼ਿਆਦਾ ਤੇਜ਼ ਖਾਂਦੇ ਤਾਂ ਜ਼ਿਆਦਾ ਪਾ ਲਓ, ਜੇ ਘੱਟ ਖਾਂਦੇ ਤਾਂ ਤੁਸੀਂ ਘੱਟ ਪਾ ਸਕਦੇ ਜੇ। ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਕਰ ਲਾਂਗੇ ਮਿਕਸ। ਇਹਦੇ ਵਿੱਚ ਤੁਸੀਂ ਅਨਾਰਦਾਣਾ ਵੀ ਪਾ ਸਕਦੇ ਜੇ ਪੀਸਿਆ ਹੋਇਆ, ਆਮਚੂਰ ਪਾਊਡਰ ਵੀ ਪਾ ਸਕਦੇ ਜੇ। ਹੁਣ ਅਸੀਂ ਬੱਚਿਆਂ ਲਈ ਜਿਹੜਾ ਅਲੱਗ ਕਰ ਲਾਂਗੇ ਮਿਰਚਾਂ ਤੋਂ ਬਗੈਰ, ਬਾਕੀ ਦੇ ਵਿੱਚ ਅਸੀਂ ਜਿਹੜਾ ਆ ਹਰੀਆਂ ਮਿਰਚਾਂ ਮਿਕਸ ਕਰ ਦਾਂਗੇ। ਅਤੇ ਬਾਕੀ ਤੁਹਾਨੂੰ ਪਤਾ ਕਿ ਆਟਾ ਦੇ ਤਕਰੀਬਨ ਸਾਰਿਆਂ ਨੂੰ ਗੁੰਨਣਾ ਆਉਂਦਾ ਹੀ ਆ, ਅਤੇ ਉਹ ਅਸੀਂ ਗੁੰਨ ਕੇ ਰੱਖ ਲਿਆ ਹੋਇਆ ਕਣਕ ਦਾ ਆਟਾ, ਉਹਦਾ ਅਸੀਂ ਜਿਹੜਾ ਆ ਡੋ ਰੈਡੀ ਕਰ ਲਿਆ ਆ। ਇਹ ਅਸੀਂ ਪਾਤੀਆਂ ਜੀ ਹਰੀਆਂ ਮਿਰਚਾਂ, ਇਹਨੂੰ ਵੀ ਕਰ ਲਾਂਗੇ ਮਿਕਸ। ਬੱਚਿਆਂ 'ਚ ਅਸੀਂ ਜਿਹੜੀ ਆ ਉਹ ਥੋੜ੍ਹੀ ਜਿਹੀ ਰੈੱਡ ਚਿੱਲੀ ਪਾਤੀ ਆ। ਜੀ ਇਹ ਦੋਨੇ ਜਿਹੜੇ ਆ ਤਿਆਰ ਹੋ ਗਏ, ਬੱਚਿਆਂ ਦਾ ਵੀ ਅਤੇ ਦੂਸਰਿਆਂ ਵੱਡਿਆਂ ਦਾ ਵੀ, ਇੱਕ ਲਾਲ ਮਿਰਚ ਵਾਲਾ ਅਤੇ ਇੱਕ ਹਰੀ ਮਿਰਚ ਵਾਲਾ, ਦੋਨੇ ਪਿੱਠੀਆਂ ਤਿਆਰ ਹੋ ਗਈਆਂ। ਉਸੇ ਹੁਣ ਅਸੀਂ ਬਣਾਉਂਦੇ ਹਾਂ ਪਰੌਂਠਾ। ਲਓ ਜੀ, ਆਪਾਂ ਗੈਸ 'ਤੇ ਅਸੀਂ ਰੱਖ ਲਿਆ ਤਵਾ, ਅਤੇ ਇੱਧਰ ਅਸੀਂ ਲੈ ਲਿਆ ਪੇੜਾ। ਪੇੜਾ ਥੋੜ੍ਹਾ ਜਿਹਾ ਤੁਸੀਂ ਵੱਡਾ ਲਓ ਪਰੌਂਠਾ ਬਣਾਉਣ ਵਾਸਤੇ। ਅਤੇ ਇਹ ਜਿਹੜੇ ਪਰੌਂਠੇ ਆ ਦੋ ਤਰ੍ਹਾਂ ਦੇ ਬਣ ਜਾਂਦੇ ਆ, ਇੱਕ ਤੁਸੀਂ ਆਪਾਂ ਦੋਵੇਂ ਬਣਾਵਾਂਗੇ, ਸਿੰਗਲ 'ਚ ਵੀ ਪਾ ਸਕਦੇ ਜੇ, ਡਬਲ 'ਚ ਵੀ ਪਾ ਸਕਦੇ ਜੇ। ਲਓ ਜੀ, ਇਹ ਅਸੀਂ ਪਾ ਲਈ ਇਹਦੇ 'ਚ ਆਲੂਆਂ ਦੀ ਪਿੱਠੀ। ਹੁਣ ਅਸੀਂ ਇਸ ਤਰ੍ਹਾਂ ਇਹਨੂੰ
ਵਿੱਚੋਂ ਦਬਾ ਕੇ ਉੱਪਰੋਂ ਇਸ ਤਰ੍ਹਾਂ ਬੰਦ ਕਰ ਲਾਂਗੇ। ਥੋੜ੍ਹਾ ਜਿਹਾ ਲਾਵਾਂਗੇ ਸੁੱਕਾ ਆਟਾ, ਫਿਰ ਲਾਵਾਂਗੇ ਥੋੜ੍ਹਾ ਜਿਹਾ ਸੁੱਕਾ ਆਟਾ, ਸਾਡਾ ਮਿਲ ਗਿਆ। ਲਓ ਜੀ ਇਹਦੇ ਉੱਪਰ ਲਾ ਦਾਂਗੇ ਹੁਣ ਅਸੀਂ ਘਿਓ। ਜਿਹੜਾ ਇਹ ਪਰੌਂਠਾ ਜਿਹੜਾ ਦੇਸੀ ਘਿਓ 'ਚ ਹੀ ਬਣਾਉਣ 'ਤੇ ਵਧੀਆ ਲੱਗਦਾ, ਵੈਸੇ ਤੁਸੀਂ ਰਿਫਾਇੰਡ 'ਚ ਵੀ ਬਣਾ ਸਕਦੇ ਜੇ। ਇਹ ਅਸੀਂ ਹੁਣ ਬਣਾਵਾਂਗੇ ਜਿਹੜਾ ਡਬਲ ਪਰੌਂਠਾ, ਦੋ ਲੇਅਰ 'ਚ ਪਾਵਾਂਗੇ ਇਹਦੀ ਜਿਹੜੀ ਪਿੱਠੀ ਆ। ਇਹ ਅਸੀਂ ਦੋ ਛੋਟੇ ਛੋਟੇ ਪੇੜੇ ਬਣਾ ਲਏ ਆ। ਲਓ ਜੀ ਇਹ ਦੋਨਾਂ ਸਾਈਡਾਂ ਤੋਂ ਜਿਹੜਾ ਹੈ ਬਣ ਗਿਆ। ਲਓ ਜੀ ਇਹ ਜਿਹੜਾ ਆ ਪਰੌਂਠਾ ਹੋ ਗਿਆ ਤਿਆਰ। ਇਹ ਤੁਸੀਂ ਮੱਖਣ ਦੇ ਨਾਲ, ਦਹੀਂ ਦੇ ਨਾਲ, ਅੰਬ ਦੇ ਅਚਾਰ ਨਾਲ ਖਾਓ, ਬਹੁਤ ਹੀ ਟੇਸਟੀ ਲੱਗਦਾ ਆ। ਹੁਣ ਅਸੀਂ ਜਿਹੜਾ ਇਹ ਤਾਂ ਸਿੰਗਲ ਸੀ, ਹੁਣ ਅਸੀਂ ਡਬਲ ਜਿਹੜਾ ਉਹ ਬਣਾਵਾਂਗੇ। ਲਓ ਜੀ ਹੁਣ ਅਸੀਂ ਬਣਾਵਾਂਗੇ ਦੋਵਾਂ 'ਚ ਪਾ ਕੇ। ਦੋਨਾਂ ਨੂੰ ਇੱਥੋਂ ਕਰ ਦਾਂਗੇ ਉਂਗਲਾਂ ਦੇ ਨਾਲ ਪ੍ਰੈਸ। ਹੁਣ ਲਾ ਲਾਂਗੇ ਸੁੱਕਾ ਆਟਾ। ਇਹਦੀ ਕਰ ਦਾਂਗੇ ਸਾਈਡ ਚੇਂਜ। ਇਹਦੇ ਉੱਪਰ ਵੀ ਸਾਰੇ 'ਤੇ ਘਿਓ ਲਾ ਦਾਂਗੇ। ਲਓ ਜੀ ਡਬਲ ਲੇਅਰ ਵਾਲਾ ਵੀ ਬਣ ਗਿਆ। ਲਓ ਜੀ ਇਹ ਡਬਲ ਲੇਅਰ ਵਾਲਾ ਪਰੌਂਠਾ ਵੀ ਤਿਆਰ ਹੋ ਗਿਆ। ਤੁਸੀਂ ਦੇਖ ਸਕਦੇ ਜੇ ਗਰਮ ਬਹੁਤ ਆ।